ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦਾ ਕੰਟੈਂਟ ਹੈਗਾ ਮੌਕਅਪ ਦਾ। ਤੁਹਾਨੂੰ ਮੈਂ ਦੱਸਾਂਗਾ ਕਿ ਮੌਕਅਪ ਕਿੱਥੇ ਕਿੱਥੇ ਯੂਜ਼ ਹੁੰਦਾ ਅਤੇ ਮੌਕਅਪ ਕਿਹਨੂੰ ਕਹਿੰਦੇ ਨੇ। ਅਤੇ ਜਿਸ ਤਰ੍ਹਾਂ ਮੰਨ ਲਓ ਜਿਹੜੇ IT ਫੀਲਡ ਵਿੱਚ ਜੋਬ ਕਰਦੇ ਨੇ ਜਾਂ ਗ੍ਰਾਫਿਕ ਡਿਜ਼ਾਈਨਰ ਨੇ, ਉਹਨਾਂ ਨੂੰ ਤਾਂ ਮੌਕਅਪ ਬਾਰੇ ਪਤਾ ਹੋਊਗਾ, ਅਤੇ ਜਿਹੜੇ ਇਸ ਫੀਲਡ ਵਿੱਚ ਨਿਊ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਮੌਕਅਪ ਕਿਹਨੂੰ ਕਹਿੰਦੇ ਨੇ ਅਤੇ ਮੌਕਅਪ ਦੀ ਵਰਤੋਂ ਕਿੱਥੇ ਹੁੰਦੀ ਹੈ। ਅਤੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਵੀ ਡਿਜ਼ਾਈਨ ਆਪਾਂ ਤਿਆਰ ਕਰਦੇ ਹਾਂ ਜਾਂ ਰੈਡੀ ਕਰਦੇ ਹਾਂ, ਜਿਸ ਤਰ੍ਹਾਂ ਟੈਂਪਲੇਟ ਡਿਜ਼ਾਈਨ ਹੋ ਗਿਆ ਜਾਂ ਲੋਗੋ ਹੋ ਗਿਆ, ਬਰੋਸ਼ਰ ਹੋ ਗਿਆ, ਸੌਂਗ ਪੋਸਟਰ ਹੋ ਗਿਆ, ਮੂਵੀ ਪੋਸਟਰ ਹੁੰਦੇ ਨੇ, ਜਾਂ ਪ੍ਰੋਡਕਟ ਡਿਜ਼ਾਈਨਿੰਗ ਆਪਾਂ ਜਿਹੜੀ ਕਰਦੇ ਹਾਂ, ਉਹ ਡਿਜ਼ਾਈਨ ਰੈਡੀ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਮੌਕਅਪ ਦੀ ਵਰਤੋਂ ਕਰਦੇ ਹਾਂ। ਅਤੇ ਜਦੋਂ ਆਪਾਂ ਕਲਾਇੰਟ ਨੂੰ ਜਿਸ ਤਰ੍ਹਾਂ ਮੰਨ ਲਓ ਆਪਣਾ ਡਿਜ਼ਾਈਨ ਆਪਾਂ ਸ਼ੋ ਕਰਨਾ ਹੁੰਦਾ ਹੈ, ਫਿਰ ਆਪਾਂ ਮੌਕਅਪ ਨੂੰ ਯੂਜ਼ ਕਰਦੇ ਹਾਂ। ਅਤੇ ਅੱਜ ਮੈਂ ਤੁਹਾਨੂੰ ਦੱਸਾਂਗਾ 8 ਵੈਬਸਾਈਟ ਜਿਹਦੇ ਵਿੱਚ ਤੁਸੀਂ ਮੌਕਅਪ ਨੂੰ ਫ੍ਰੀ ਡਾਊਨਲੋਡ ਕਰ ਸਕਦੇ ਹੋ। ਅਤੇ ਚਲੋ ਆਪਾਂ ਕਰਦੇ ਹਾਂ ਸਟਾਰਟ। ਇਹ ਟੋਟਲ ਤੁਹਾਨੂੰ ਮੈਂ 8 ਵੈਬਸਾਈਟ ਦੱਸਾਂਗਾ, ਇੱਥੋਂ ਤੁਸੀਂ ਮੌਕਅਪ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ। ਅਤੇ ਤੁਹਾਨੂੰ ਹਰ ਤਰ੍ਹਾਂ ਦਾ ਮੌਕਅਪ ਮਿਲ ਜਾਣਾ, ਜਿਸ ਤਰ੍ਹਾਂ ਜੇ ਲੋਗੋ ਤੁਸੀਂ ਰੈਡੀ ਕੀਤਾ ਹੈ ਜਾਂ ਬਰੋਸ਼ਰ ਆ ਜਾਂ ਕੋਈ ਟੈਂਪਲੇਟ ਆ ਜਾਂ ਕੋਈ ਇਨਵੀਟੇਸ਼ਨ ਦਾ ਟੈਂਪਲੇਟ ਆ, ਕੋਈ ਵੀ ਤਰ੍ਹਾਂ ਦਾ ਜੇ ਡਿਜ਼ਾਈਨ ਹੋਊਗਾ ਉਹਦਾ ਤੁਹਾਨੂੰ ਮੌਕਅਪ ਇਹਦੇ ਵਿੱਚ ਫ੍ਰੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਅਨਬਲਾਸਟ। unblast.com ਆ। ਇਹਦੇ ਵਿੱਚ ਵੀ ਤੁਹਾਨੂੰ ਕਾਫੀ ਤਰ੍ਹਾਂ ਦੇ ਮੌਕਅਪ ਮਿਲ ਜਾਣਗੇ। ਸਾਈਟ 'ਤੇ ਜਿਸ ਤਰ੍ਹਾਂ ਮੰਨ ਲਓ ਲਿਖਿਆ ਹੈ ਮੈਗਜ਼ੀਨ ਮੌਕਅਪ ਜਾਂ ਬਿਜ਼ਨਸ ਕਾਰਡ ਦਾ ਮੌਕਅਪ ਵੀ ਮਿਲ ਜਾਏਗਾ। ਜੇ ਤੁਸੀਂ ਜਿਸ ਤਰ੍ਹਾਂ ਮੰਨ ਲਓ ਕੋਈ ਵੈਬਸਾਈਟ ਹੈਡਰ ਡਿਜ਼ਾਈਨ ਕਰਦੇ ਹੋ ਉਹਦਾ ਵੀ ਤੁਹਾਨੂੰ ਮਿਲ ਜਾਏਗਾ, ਇੱਥੋਂ ਤੁਸੀਂ ਸਰਚ ਕਰਕੇ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਹੁਣ ਜਿਸ ਤਰ੍ਹਾਂ ਮੰਨ ਲਓ ਬ੍ਰੈਂਡ ਪ੍ਰੋਡਕਟ ਬੋਕਸ, ਜੇ ਇਹਨੂੰ ਆਪਾਂ ਸਿਲੈਕਟ ਕਰਦੇ ਹਾਂ ਅਤੇ ਫ੍ਰੀ ਡਾਊਨਲੋਡ ਦੀ ਆਪਸ਼ਨ ਦਿੱਤੀ ਹੋਈ ਹੈ, ਇੱਥੋਂ ਆਪਾਂ ਡਾਊਨਲੋਡ ਕਰ ਸਕਦੇ ਹਾਂ। ਮਤਲਬ ਇਹ ਹੈ ਕਿ ਹਰ ਤਰ੍ਹਾਂ ਦਾ, ਜਿਸ ਤਰ੍ਹਾਂ ਮੰਨ ਲਓ ਤੁਸੀਂ ਕੋਈ ਵੀ ਟੈਂਪਲੇਟ ਡਿਜ਼ਾਈਨ ਕਰਦੇ ਹੋ ਤੁਹਾਨੂੰ ਉਸ ਤਰ੍ਹਾਂ ਦਾ ਹੀ ਮੌਕਅਪ ਮਿਲ ਜਾਏਗਾ। ਬਿਜ਼ਨਸ ਕਾਰਡ ਮੌਕਅਪ ਹੈ। ਹੁਣ ਆਪਾਂ ਨੈਕਸਟ ਆਉਂਦੇ ਹਾਂ, ਨੈਕਸਟ ਵੈਬਸਾਈਟ ਆਪਾਂ ਖੋਲ੍ਹਦੇ ਹਾਂ ਫ੍ਰੀ ਪਿੱਕ। ਇਹਦੇ ਫਰੰਟ 'ਤੇ ਵੀ ਤੁਹਾਨੂੰ ਆ ਜਿਸ ਤਰ੍ਹਾਂ ਮੰਨ ਲਓ ਟੂਲ, ਇਮੇਜ, ਆਈਕਨ, ਇਹਦੇ ਵਿੱਚ ਵੀ ਤੁਹਾਨੂੰ ਮੌਕਅਪ ਹਰ ਤਰ੍ਹਾਂ ਦਾ ਮਿਲ ਜਾਏਗਾ ਅਤੇ ਫ੍ਰੀ ਵਿੱਚ ਹੀ ਡਾਊਨਲੋਡ ਹੋ ਜਾਏਗਾ। ਜਿੱਦਾਂ ਮੰਨ ਲਓ ਇੱਥੇ PhD ਲਿਖਿਆ ਹੈ, PhD ਦੇ ਵਿੱਚ ਜਾ ਕੇ ਮੌਕਅਪਸ, ਜਿਹੜੀ ਮੌਕਅਪ ਦੀ ਫਾਈਲ ਹੋਊਗੀ ਉਹ PhD ਹੁੰਦੀ ਹੈ, ਅਤੇ ਉਹਦੇ ਵਿੱਚੋਂ ਤੁਸੀਂ ਜਿਸ ਤਰ੍ਹਾਂ ਮੰਨ ਲਓ ਆਪਣਾ ਕੋਈ ਵੀ ਡਿਜ਼ਾਈਨ ਤੁਸੀਂ ਤਿਆਰ ਕੀਤਾ ਹੈ ਮੌਕਅਪ ਨੂੰ ਡਾਊਨਲੋਡ ਕਰਕੇ, ਫਿਰ ਉਸ ਤੋਂ ਬਾਅਦ ਤੁਸੀਂ
ਉਹਦੇ ਵਿੱਚ ਤੁਸੀਂ ਲਗਾ ਸਕਦੇ ਹੋ। ਹੁਣ ਇਹਦੇ ਵਿੱਚ ਵੀ ਹਰ ਤਰ੍ਹਾਂ ਦਾ ਮੌਕਅਪ ਮਿਲ ਜਾਂਦਾ, ਜਿੱਦਾਂ ਟੀ ਸ਼ਰਟ ਮੌਕਅਪ ਹੋ ਗਿਆ, ਹੈਟ ਮੌਕਅਪ, ਬੈਗ ਦਾ ਮੌਕਅਪ ਮਿਲ ਜਾਏਗਾ। ਅਤੇ ਕੋਈ ਵੀ ਜਿਸ ਤਰ੍ਹਾਂ ਮੰਨ ਲਓ ਤੁਸੀਂ ਹੈਟ ਦਾ ਮੌਕਅਪ ਜੇ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ, ਜੇ ਮੰਨ ਲਓ ਤੁਸੀਂ ਇਹ ਫਸਟ ਵਾਲਾ ਡਾਊਨਲੋਡ ਕਰਨਾ, ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਹੁਣ ਆਪਾਂ ਆਉਂਦੇ ਹਾਂ ਨੈਕਸਟ ਵੈਬਸਾਈਟ 'ਤੇ। ਨੈਕਸਟ ਹੈਗੀ ਆ ਮੌਕਅਪ ਟ੍ਰੀ। ਮੌਕਅਪ ਵਰਲਡ ਦੇ ਨਾਮ 'ਤੇ ਤੁਹਾਡੀ ਵੈਬਸਾਈਟ ਸ਼ੋ ਹੋ ਜਾਏਗੀ। ਅਤੇ ਇਹਦੇ 'ਤੇ ਫਰੰਟ 'ਤੇ ਜਿਸ ਤਰ੍ਹਾਂ ਮੰਨ ਲਓ ਬਰਾਊਜ਼ ਫ੍ਰੀ ਮੌਕਅਪਸ, ਫ੍ਰੀ ਮੌਕਅਪ ਬੰਡਲ, ਫ੍ਰੀ ਮੌਕਅਪ ਬੰਡਲ 'ਤੇ ਆਪਾਂ ਸਿਲੈਕਟ ਕਰਦੇ ਹਾਂ ਕਿਹੜੇ ਕਿਹੜੇ ਮੌਕਅਪ ਮਿਲਦੇ ਆ, ਇਹਦੇ ਵਿੱਚ ਆਪਾਂ ਚੈੱਕ ਕਰ ਲੈਂਦੇ ਹਾਂ। ਆਹ ਜਿਸ ਤਰ੍ਹਾਂ ਮੰਨ ਲਓ ਹੁੱਡੀ ਦਾ ਮੌਕਅਪ ਹੈਗਾ, ਆਪਾਂ ਕੋਈ ਵੀ ਸਿਲੈਕਟ ਕਰ ਲੈਂਦੇ ਹਾਂ। ਜੇ ਆਪਾਂ ਇੱਥੇ ਸਰਚ ਕਰਦੇ ਹਾਂ ਲੋਗੋ ਮੌਕਅਪ, ਜੇ ਕੋਈ ਜਿਸ ਤਰ੍ਹਾਂ ਮੰਨ ਲਓ ਤੁਸੀਂ ਬ੍ਰੈਂਡਿੰਗ ਲੋਗੋ ਤਿਆਰ ਕੀਤਾ, ਉਹਦਾ ਤੁਹਾਨੂੰ ਮੌਕਾ ਮਿਲ ਜਾਏਗਾ। ਆਪਾਂ ਫਸਟ ਵਾਲਾ ਸਿਲੈਕਟ ਕਰਦੇ ਹਾਂ। ਹੁਣ ਜਦੋਂ ਮੰਨ ਲਓ ਤੁਸੀਂ ਮੌਕਅਪ ਨੂੰ ਯੂਜ਼ ਕਰ ਲਿਆ, ਅਤੇ ਜਿਸ ਤਰ੍ਹਾਂ ਮੰਨ ਲਓ ਕੋਈ ਬਾਹਰ ਜਿਸ ਤਰ੍ਹਾਂ ਕੋਈ ਬੋਰਡ ਬਣਿਆ ਹੁੰਦਾ, ਇਸ ਤਰ੍ਹਾਂ ਸ਼ੋ ਹੋਏਗਾ ਮੌਕਅਪ। ਅਤੇ ਇਹਦੇ ਵਿੱਚ ਵੀ ਤੁਸੀਂ ਜਿਸ ਤਰ੍ਹਾਂ ਮੰਨ ਲਓ ਕੁਛ ਕੁ ਫਰੀ ਵੀ ਹੋਣਗੇ, ਕਈ ਜਿਹੜੇ ਪੇਡ ਵੀ ਹੋ ਸਕਦੇ ਨੇ, ਬਾਕੀ ਜਿਹੜੇ ਫਰੀ ਵਾਲੇ ਆ ਉਹਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਤੁਹਾਨੂੰ ਮੌਕਅਪ ਮਿਲ ਜਾਣਗੇ। ਹੁਣ ਆਪਾਂ ਨੈਕਸਟ ਆਉਂਦੇ ਹਾਂ ਗ੍ਰਾਫਿਕਸ ਫੈਮਿਲੀ। ਫ੍ਰੀ ਲੋਗੋਸ, ਮੌਕਅਪਸ, ਗ੍ਰਾਫਿਕਸ ਐਂਡ ਪ੍ਰਿੰਟ ਟੈਂਪਲੇਟਸ। ਲੋਗੋ ਮੌਕਅਪ ਵੀ ਦਿੱਤੇ ਨੇ। ਇਹ ਜਿਸ ਤਰ੍ਹਾਂ ਮੰਨ ਲਓ ਆਫਿਸ ਬਣਿਆ, ਉਹਦੇ ਪਿਛਲੇ ਪਾਸੇ ਜਿੱਦਾਂ ਸ਼ੋ ਹੁੰਦੇ ਆ ਲੋਗੋ, ਤੁਸੀਂ ਇਹ ਚੀਜ਼ ਵੀ ਯੂਜ਼ ਕਰ ਸਕਦੇ ਹੋ। ਮਤਲਬ ਇਹ ਕਿ ਜਿਸ ਤਰ੍ਹਾਂ ਦਾ, ਜਿਸ ਤਰ੍ਹਾਂ ਮੰਨ ਲਓ ਜੇ ਤੁਹਾਡਾ ਕੋਈ ਟੈਂਪਲੇਟ ਹੋਏਗਾ ਜਾਂ ਕੋਈ ਡਿਜ਼ਾਇਨ ਹੋਊਗਾ, ਉਸ ਤਰ੍ਹਾਂ ਦਾ ਤੁਹਾਨੂੰ ਮੌਕਾ ਮਿਲ ਜਾਏਗਾ। ਇਹਦੇ ਵਿੱਚ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜਿਹੜਾ ਇਹ ਆਫਿਸ ਵਾਲਾ, ਇਹ ਆਪਾਂ ਡਾਊਨਲੋਡ ਕਰਦੇ ਹਾਂ। ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਹੁਣ ਜਿਸ ਤਰ੍ਹਾਂ ਮੰਨ ਲਓ ਇਹ ਕਾਫੀ ਡਾਊਨਲੋਡ ਹੋਇਆ, ਅਤੇ ਇਹਦੀ ਜਿਹੜੀ ਫਾਈਲ ਆ ਤੁਹਾਨੂੰ PSD ਫਾਈਲ ਮਿਲ ਜੂਗੀ, ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਈਜ਼ੀ ਨਾਲ। ਹੁਣ ਆਪਾਂ ਆਉਂਦੇ ਹਾਂ ਨੈਕਸਟ ਵੈਬਸਾਈਟ 'ਤੇ, ਬਿਹਾਂਸ। ਬਿਹਾਂਸ ਵੀ ਬਹੁਤ ਵਧੀਆ ਵੈਬਸਾਈਟ ਆ, ਬਹੁਤ ਪ੍ਰੋਫੈਸ਼ਨਲ ਆ। ਇਹਦੇ ਵਿੱਚ ਵੀ ਜਿਸ ਤਰ੍ਹਾਂ ਮੰਨ ਲਓ ਜੇ ਤੁਸੀਂ ਮੌਕਅਪ ਡਾਊਨਲੋਡ ਕਰਨੇ ਨੇ, ਤਾਂ ਮੌਕਅਪ ਸਰਚ ਕਰੋ,
ਜਿਸ ਤਰ੍ਹਾਂ ਦਾ ਵੀ ਚਾਹੀਦਾ, ਜਿਸ ਤਰ੍ਹਾਂ ਲੋਗੋ ਦਾ ਚਾਹੀਦਾ ਜਾਂ ਕੋਈ ਪੈਕੇਜਿੰਗ ਡਿਜ਼ਾਇਨਿੰਗ ਦਾ ਚਾਹੀਦਾ, ਉਸ ਤਰ੍ਹਾਂ ਦਾ ਹੀ ਆਪਾਂ ਨੂੰ ਮਿਲ ਜਾਏਗਾ। ਜਿਹੜੇ ਤਾਂ ਜਿਸ ਤਰ੍ਹਾਂ ਮੰਨ ਲਓ ਫ੍ਰੀ ਹੋਣਗੇ ਉਹਨਾਂ, ਜਿਸ ਤਰ੍ਹਾਂ ਮੰਨ ਲਓ ਇਹਨਾਂ ਨੇ PSD ਲੋਗੋ ਡਿਜ਼ਾਇਨ, ਇਹ ਮੌਕਅਪ ਫ੍ਰੀ ਹੈਗਾ। ਜਿਹੜੇ ਜਿਹੜੇ ਫ੍ਰੀ ਨੇ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਈਜ਼ੀ ਨਾਲ। ਹੁਣ ਆਪਾਂ ਨੈਕਸਟ ਵੈਬਸਾਈਟ ਖੋਲ੍ਹਦੇ ਹਾਂ ਮੌਕਅਪ ਫ੍ਰੀ। ਇਹਦਾ ਬਲੈਕ ਕਲਰ ਦਾ ਲੋਗੋ ਹੋਏਗਾ ਅਤੇ ਇਹਦੇ ਵਿੱਚ ਵੀ ਤੁਹਾਨੂੰ ਕਾਫ਼ੀ ਮਿਲ ਜਾਣਗੇ, ਜਿਸ ਤਰ੍ਹਾਂ ਮੰਨ ਲਓ ਇਹ ਪ੍ਰੀਮੀਅਮ ਪੇਡ ਵੀ ਹੈਗਾ ਅਤੇ ਫ੍ਰੀ ਵੀ ਹੈਗੇ ਨੇ ਮੌਕਅਪ। ਉਹਨਾਂ ਜਿਸ ਤਰ੍ਹਾਂ ਮੰਨ ਲਓ ਫੂਡ ਬੈਗ ਦਾ ਕੋਈ ਬਣਿਆ ਹੈ, ਪੈਕੇਜਿੰਗ ਦਾ ਡਿਜ਼ਾਇਨ ਹੈਗਾ, ਇਹਨੂੰ ਵੀ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ। ਹੁਣ ਇਹ ਜਿਸ ਤਰ੍ਹਾਂ ਮੰਨ ਲਓ ਡਿਜ਼ਾਇਨ ਤਿਆਰ ਹੋਇਆ, ਪ੍ਰਿੰਟਿੰਗ ਤੋਂ ਪਹਿਲਾਂ ਆਪਾਂ ਜਿਸ ਤਰ੍ਹਾਂ ਮੰਨ ਲਓ ਕਲਾਇੰਟ ਨੂੰ ਸ਼ੋਅ ਕਰਨਾ ਹੋਵੇ, ਤੁਸੀਂ ਇਹਨੂੰ ਮੌਕਅਪ ਨੂੰ ਡਾਊਨਲੋਡ ਕਰੋ ਅਤੇ ਇਹਨੂੰ ਤੁਸੀਂ ਮੌਕਅਪ ਦੇ ਵਿੱਚ ਐਡ ਕਰਕੇ ਡਿਜ਼ਾਇਨ, ਫਿਰ ਆਪਾਂ ਜਿਹੜਾ ਕਲਾਇੰਟ ਹੈ ਉਹਨੂੰ ਆਪਾਂ ਸ਼ੋਅ ਕਰ ਸਕਦੇ ਹਾਂ। ਜਦੋਂ ਇਹ ਫਾਈਨਲ ਹੋ ਜਾਂਦਾ ਉਸ ਤੋਂ ਬਾਅਦ ਫਿਰ ਪ੍ਰਿੰਟਿੰਗ ਤੁਸੀਂ ਕਰਾ ਸਕਦੇ ਹੋ। ਹੁਣ ਆਪਾਂ ਨੈਕਸਟ ਖੋਲ੍ਹਦੇ ਹਾਂ ਵੈਬਸਾਈਟ ਗ੍ਰਾਫ ਬੈਰੀ। ਹੁਣ ਇਹਦੇ ਵਿੱਚ ਵੀ ਆ ਸਟਾਰਟਿੰਗ ਦੇ ਮੌਕਅਪਸ ਨੇ, ਹੋਰ ਆਈਕਨ ਵੀ ਮਿਲ ਜਾਣਗੇ, ਟੈਂਪਲੇਟਸ ਵੀ ਮਿਲ ਜਾਣਗੇ। ਹੁਣ ਜਿਸ ਤਰ੍ਹਾਂ ਮੰਨ ਲਓ ਲੈਪਟੋਪ ਦਾ ਹੈਗਾ ਮੌਕਅਪ, ਆਈਫੋਨ ਕੇਸ ਦਾ ਹੈਗਾ, ਜਿਸ ਤਰ੍ਹਾਂ ਆਪਣੇ ਮੋਬਾਈਲ ਦਾ ਕਵਰ ਹੁੰਦਾ ਉਹ 'ਤੇ ਵੀ ਤੁਸੀਂ ਡਿਜ਼ਾਇਨ ਕੋਈ ਕਰ ਸਕਦੇ ਹੋ ਐਡ। ਕੌਫੀ ਬੈਗ ਮੌਕਅਪ ਹੈ, ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਈਜ਼ੀ ਨਾਲ। ਅਤੇ ਇਹ 8 ਵੈਬਸਾਈਟ ਹੈਗੀਆਂ ਨੇ, ਇਹਦੇ ਵਿੱਚ ਤੁਸੀਂ ਫ੍ਰੀ ਈਜ਼ੀ ਨਾਲ ਹੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਮੌਕਅਪ। ਅਤੇ ਬਾਕੀ ਤੁਸੀਂ ਜਿੱਥੋਂ, ਜੇ ਮੰਨ ਲਓ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਅਤੇ ਇਹਦੇ ਵਿੱਚ ਕੁਛ ਫ੍ਰੀ ਨੇ, ਕੁਛ ਪ੍ਰੀਮੀਅਮ ਵੀ ਹੈਗੇ ਨੇ, ਪੇਡ ਨਹੀਂ। ਇਹ 8 ਵੈਬਸਾਈਟ ਹੈਗੀਆਂ ਨੇ ਅਤੇ ਇਹਨਾਂ ਦੇ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਮੈਂ ਐਡ ਕਰ ਦਾਂਗਾ। ਅਤੇ ਬਾਕੀ ਜਿੱਥੋਂ ਜੇ ਮੰਨ ਲਓ ਤੁਹਾਨੂੰ ਨਹੀਂ ਪਤਾ ਲੱਗਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਅਤੇ ਬਾਕੀ ਆਪਾਂ ਮਿਲਦੇ ਹਾਂ ਅਗਲੇ ਕੰਟੈਂਟ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਟੇਕ ਕੇਅਰ ਅਤੇ ਬਾਏ।